तालुकात मजबूत करने की खाइश की इन शोबे खसूसी तजारत सरमायाकारी बुनियादी ढांचे की तरक्की मजहबी शामिल इराक के वजी मुस्तफा अल टेलीफोन उलबात दौरान की गलबात दौरान इमरान खान ने दुआ मुलों बार मजहबी सियाहत दे जोर दता है क्यों जे ए दल्क के फायदे इराक के वजीर आजम ने इस बारे ਮਜ਼ੀਦ ਸਹੂਲਤ ਦੇਣ ਉਤੇ ਰਜ਼ਾਮੰਦੀ ਜ਼ਾਹਰ ਕੀਤੀ ਇਮਰਾਨ ਖਾਨ ਨੇ ਕਿਹਾ ਕਿ ਉਹਨਾਂ ਦੀ ਖਾਹਿਸ਼ ਹੈ ਕਿ ਇਰਾਕੀ ਹਕੂਮਤ ਅਗਲੇ ਮਹੀਨੇ ਇਲੈਕਸ਼ਨਾਂ ਵਿੱਚ ਕਾਮਯਾਬ ਹੋਵੇ ਉਹਨਾਂ ਉਮੀਦ ਜ਼ਾਹਰ ਕੀਤੀ ਕਿ ਇਰਾਕ ਦੇ ਜਮਹੂਰੀਅਤ ਤੇ ਜਮਹੂਰੀ ادارے ਹੋਰ ਮਜ਼ਬੂਤ ਹੋਣਗੇ ਉਹਨਾਂ ਇਰਾਕੀ ਵਜ਼ੀਰ ਆਜ਼ਮ ਨੂੰ ਬਗਦਾਦ ਕਾਨਫਰੰਸ ਦੀ ਕਾਮਯਾਬੀ ਉਤੇ ਵੀ ਮੁਬਾਰਕਬਾਦ ਦਿੱਤੀ ਦੋਵਾਂ ਨੇ ਇੱਕ ਦੂਜੇ ਨਾਲ ਅਫਗਾਨਿਸਤਾਨ ਦੀ ਸੂਰਤ ਹਾਲ ਬਾਰੇ ਵੀ ਸਲਾਹ مشورہ ਕੀਤਾ ਅਫਗਾਨਿਸਤਾਨ ਵਿੱਚ ਅਮਨ ਉਤੇ ਜ਼ੋਰ ਦਿੰਦਿਆ ਹੋਇਆ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਇਰਾਕੀ ਵਜ਼ੀਰ ਆਜ਼ਮ ਵੱਲੋਂ ਅਫਗਾਨਿਸਤਾਨ ਵਿੱਚ ਅਮਨ ਤੇ ਤਾਮੀਰ ਉਤੇ ਤਰੱਕੀ ਦੀ ਬਹਾਲੀ ਦੇ ਪਾਕਿਸਤਾਨੀ ਮੌਕਫ ਦੀ ਹਮਾਇਤ ਕਰਨ ਦੀ ਤਾਰੀਫ ਕੀਤੀ ਉਹਨਾਂ ਦੁਨੀਆ ਉਤੇ ਜ਼ੋਰ ਦਿੱਤਾ ਕਿ ਉਹ ਅਫਗਾਨਿਸਤਾਨ ਵਿੱਚ ਅਮਨ ਤੇ ਸਲਾਮਤੀ ਲਈ ਅਗਾਵਤ ਕੇ ਕੰਮ ਕਰੇ ਤਾਂ ਜੇ ਉਥੇ ਮੁਆਸ਼ੀ ਬਹਰਾਨ ਤੇ ਇਨਸਾਨੀ ਅਲਮੀਅਤੋਂ ਬਚਿਆ ਜਾ ਸਕੇ ਦੁਮਾ ਰਹਿਨੁਮਾਵਾਂ ਨੇ ਅਫਗਾਨੀ ਲੋਕਾਂ ਦੀ ਇਨਸਾਨੀ ਬੁਨਿਆਦਾਂ ਉਤੇ ਮਦਦ ਕਰਨ ਉਤੇ ਇਤਫਾਕ ਕੀਤਾ वजीर आजम इमरान खान अज अत की जनरल असैंबली छिहत्तरवे इजलास न पॉलिसी खिताब कर अपने खिताब च खिते आलमी मुआमान बारे पाकिस्तान के मौकफ बारे गजीर पॉलिसी खिताब अहम आलमी इदारे तुनिया के दूजे मुल्क पाकिस्तान के सफारती तालुकात ते बी राह विखाएगा ਇਹ ਖਬਰ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ ਤੁਰਕੀ ਨੇ ਅਫਗਾਨਿਸਤਾਨ ਦੇ ਖਿੱਤੇ ਵਿੱਚ ਅਮਨ ਤੇ ਸਲਾਮਤੀ ਲਈ ਪਾਕਿਸਤਾਨ ਦੇ ਕਿਰਦਾਰ ਦੀ ਤਾਰੀਫ ਕੀਤੀ ਹੈ ਨਿਊਯਾਰਕ ਵਿੱਚ ਪਾਕਿਸਤਾਨ ਟੈਲੀਵਿਜ਼ਨ ਨਾਲ ਗੱਲਬਾਤ ਕਰਦਿਆਂ ਹੋਇਆਂ ਤੁਰਕੀ ਦੇ ਖਾਰਜਾ ਮਾਮਲਿਆਂ ਦੇ ਵਜ਼ੀਰ ਮਹੌਲਤ ਚਾਉਰਸ਼ ਓਗਲੂ ਨੇ ਕਿਹਾ ਕਿ ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਗੈਰ-ਮੁਲਕੀਆਂ ਨੂੰ ਕਾਬਲ ਤੋਂ ਕੱਢਣ ਵਿੱਚ ਪਾਕਿਸਤਾਨ ਨੇ ਬੜਾ ਅਹਿਮ ਕਿਰਦਾਰ ਅਦਾ ਕੀਤਾ ਹੈ ਉਨਾ ਕਿਹਾ ਕਿ ਪਾਕਿਸਤਾਨ ਖਿੱਤੇ 'ਚ ਅਮਨ ਦਾ ਮਰਕਜ਼ੀ ਕਿਰਦਾਰ ਹੈ ਤੇ ਤੁਰਕੀ ਦੁਨੀਆ ਨੂੰ ਦੱਸ ਰਹੀ ਹੈ ਕਿ ਉਹ ਪਾਇਦਾਰ ਅਮਨ ਲਈ ਪਾਕਿਸਤਾਨ ਦੇ ਨਾਲ ਰਵੇ। ਤੁਰਕੀ ਦੇ ਵਜ਼ੀਰ ਨੇ ਕਿਹਾ ਕਿ ਤੁਰਕੀ ਪਾਕਿਸਤਾਨ ਦੇ ਕਸ਼ਮੀਰ ਬਾਰੇ ਮੌਕਫ ਦੀ ਹਮਾਇਤ ਕਰਦਾ ਹੈ। ਉਨਾ ਕਿਹਾ ਕਿ ਕਸ਼ਮੀਰ ਦਾ ਮਸਲਾ ਆਕਵਾਮੀ ਮੁਤਾਹਿਦਾ ਦੀ ਸਲਾਮਤੀ ਕੌਂਸਲ ਦੀਆਂ ਕਰਾਰਦਾਦਾਂ ਦੇ ਮੁਤਾਬਕ ਹੱਲ ਹੋਣਾ ਚਾਹੀਦਾ ਹੈ। ਕੈਬਨਟ ਦੀ ਆਰਥਿਕੀ ਰابطਾ ਕਮੇਟੀ ਨੇ ਕਨਕ ਤੇ ਖੰਡ ਦੀ ਦਰਾਮਦ ਦੀ ਇਜਾਜ਼ਤ ਦੇ ਦਿੱਤੀ ਹੈ। ਤਾਂ ਜੇ ਲੋਕਾਂ ਨੂੰ ਇਹਦੀ ਮੁਨਾਸਬ ਕੀਮਤਾਂ ਉੱਤੇ ਫਰਾਮੀ ਨੂੰ ਯਕੀਨੀ ਬਣਾਇਆ ਜਾ ਸਕੇ ਕਮੇਟੀ ਦਾ اجلاس ਖਜ਼ਾਨੇ ਦੇ ਵਜ਼ੀਰ ਸ਼ੌਕਤ ਤਰੀਨ ਦੀ ਸਦਾਰਤ ਵਿੱਚ ਹੋਇਆ اجلاس ਵਿੱਚ 50000 ਮੈਟ੍ਰਿਕ ਟਨ ਖੰਡ ਦਰਾਮਦ ਕਰਨ ਦੀ ਇਜਾਜ਼ਤ ਦਿੱਤੀ ਗਈ ਇਹ ਖੰਡ ਤਿੰਨ ਟੈਂਡਰਾਂ ਦੇ ਜ਼ਰੀਏ ਦਰਾਮਦ ਕੀਤੀ ਜਾਏਗੀ ਜੰਮੂ ਤੇ ਕਸ਼ਮੀਰ ਬਾਰੇ ਇਸਲਾਮੀ ਤਾਮੁਨ ਤਨਜ਼ੀਮ ਦੇ ਰਾਬਤਾ ਗਰੁੱਪ ਦਾ اجلاس ਨਿਊਯਾਰਕ ਵਿੱਚ ਅਕਵਾਮੇ ਮੁਤਹਿਦਾ ਦੇ ਜਨਰਲ ਅਸੈਂਬਲੀ ਦੇ ਮੌਕੇ ਉੱਤੇ اجلاسے چ کشمیریاں دے حقے خود ارادیت دی جدوجہد دی مکمل حمایت دا عزم دہرایا گیا اے اپنے مشترکہ اعلامیے وچ اوائیسی دے رابطہ گروپ نے کہیا اے کہ جنوبی ایشیا وچ پائیدار امن تے استحکام لئی مسئلہ کشمیر دا حل اقوام متحدہ دی سلامتی کونسل دے اقرار دادا دے مطابق ہونا ضروری اے گروپ نے زور دتا کہ عالمی برادری غیر قانونی مقبوضہ جموں تے کشمیر دے بھارتی فورسز دی ਇਨਸਾਨੀ ਹਕੂਕ ਦੀਆਂ ਸੰਗੀਨ ਪਾਮਾਲੀ ਦਾ ਨੋਟਿਸ ਲਵੇ ਤੇ ਭਾਰਤ ਦਾ ਇਹਤਸਾਬ ਕੀਤਾ ਜਾਏ ਇਨਸਾਨੀ ਹਕੂਕ ਤੇ ਅਕਲੀਅਤਾਂ ਬਾਰੇ ਸੁਬਾਈ ਵਜ਼ੀਰ ਇਜਾਜ਼ ਆਲਮ ਆਕਸਟਨ ਨੇ ਕਿਹਾ ਹੈ ਕਿ ਹਕੂਮਤ ਅਕਲੀਅਤਾਂ ਦੇ ਹਕੂਕ ਦੇ ਤਹਫੂਜ਼ ਲਈ ਤਾਰੀਖੀ ਕੰਮ ਕਰ ਰਹੀ ਹੈ ਲਾਹੌਰ ਵਿੱਚ ਅਕਲੀਅਤਾਂ ਦੇ ਹਕੂਕ ਦੇ ਤਹਫੂਜ਼ ਲਈ ਹੋਣ ਵਾਲੀ ਕਾਨਫਰੰਸ ਵਿੱਚ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਸਰਕਾਰੀ ਮੁਲਾਜ਼ਮਤਾਂ ਵਿੱਚ ਅਕਲੀਅਤਾਂ ਦਾ ਕੋਟਾ 5% ਹੈ ਜੱਟ ਕੇ ਸਰਕਾਰੀ ਤਾਲੀਮੀ ਈਦਾਨਿਆਂ 'ਚ ਉਹਨਾਂ ਲਈ 2 ਫੀਸਦੀ ਕੋਟਾ ਰੱਖਿਆ ਗਿਆ ਹੈ ਤੇ ਸਰਕਾਰੀ ਮੁਲਾਜ਼ਮਤਾਂ 'ਚ ਅਕਲੀਯਤਾ ਦਾ ਕੋਟਾ 5 ਫੀਸਦੀ ਜਿਹਦੇ ਉੱਤੇ ਅਮਲ ਦਰਾਮਤ ਨੂੰ ਯਕੀਨੀ ਬਣਾਇਆ ਜਾਏਗਾ। ਵਜ਼ੀਰ ਨੇ ਹੋਰ ਕਿਹਾ ਕਿ ਪੰਜਾਬ 'ਚ ਸਾਰੀਆਂ ਜ਼ਮੀਨਾਂ ਦੇ ਰਿਕਾਰਡ ਨੂੰ ਕੰਪਿਊਟਰਾਈਜ਼ਡ ਕਰ ਦਿੱਤਾ ਗਿਆ ਹੈ ਜਿਹਦੇ ਨਾਲ ਸ਼ਹਿਰੀਆਂ ਦੀਆਂ ਜਾਇਦਾਦਾਂ ਉੱਤੇ ਗੈਰਕਾਨੂੰਨੀ ਕਬਜ਼ੇ ਨੂੰ ਰੋਕਿਆ ਜਾ ਸਕੇਗਾ। ਪੰਜਾਬ ਦੇ ਖੇਡਾਂ ਤੇ ਜਵਾਨਾਂ ਦੇ ਮਾਮਲਿਆਂ ਬਾਰੇ ਸੈਕਟਰੀ ਫਵਾਦ ਹਾਸ਼ਮ ਰਬਾਨੀ ਤੇ ਪੰਜਾਬ ਦੇ ਖੇਡਾਂ ਬਾਰੇ ਡਾਇਰੈਕਟਰ ਜਨਰਲ ਅਤਨਾਨ ਅਰਸ਼ਦ ਔਲਖ ਨੇ ਲਾਹੌਰ ਵਿੱਚ ਨੌਜਵਾਨਾਂ ਲਈ ਖੇਡਾਂ ਬਾਰੇ ਪਹਿਲੀ ਹੈਲਪਲਾਈਨ ਕਾਇਮ ਕਰ ਦਿੱਤੀ ਹੈ ਤੇ ਇਹਦਾ ਇਫਤਤਾਹ ਕਰ ਦਿੱਤਾ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆ ਫਵਾਦ ਹਾਸ਼ਮ ਔਲਖ ਨੇ ਕਿਹਾ ਕਿ ਹੈਲਪਲਾਈਨ ਦਾ ਮਕਸਦ ਖੇਡਾਂ ਦੇ ਮੈਦਾਨ ਵਿੱਚ ਨੌਜਵਾਨਾਂ ਨੂੰ ਆਉਣ ਵਾਲੇ ਮਸਲਿਆਂ ਨਾਲ ਨਿਬੜਨਾ ਹੈ ਉਨ੍ਹਾਂ ਕਿਹਾ ਕਿ ਹੈਲਪਲਾਈਨ ਸੂਬੇ ਦੇ ਸਲਾਹੀਅਤ ਰੱਖਣ ਵਾਲੇ ਨੌਜਵਾਨਾਂ ਨੂੰ ਸਿਹਤ, تعلیم, ਖੇਡਾਂ ਤੇ ਉਹਨਾਂ ਦੇ ਮਸਤਕਬਲ ਬਾਰੇ ਸਲਾਹ ਦੇਵੇਗੀ ਖੇਡਾਂ ਦੇ ਡੀਜੀ ਪੰਜਾਬ ਅਦনান ਅਰਸ਼ਦ ਔਲਖ ਨੇ ਇਸ ਮੌਕੇ ਉਤੇ ਕਿਹਾ ਕਿ ਉਹ ਪੰਜਾਬ ਦੇ ਜਵਾਨਾਂ ਦੀ ਬਿਹਤਰੀ ਲਈ ਕੰਮ ਕਰ ਰਹੀਏ ਐਸ ਵੇਲੇ ਤੱਕ ਦੀਆਂ ਖਬਰਾਂ ਮੁੱਕ ਗਈਆਂ ਹੋਰ ਖਬਰਾਂ ਤੇ ਟੱਪਸਰੀਆਂ ਲਈ ਸਾਡੀ ਵੈਬਸਾਈਟੇ radio.gov.pk ਤੇ ਤੁਸੀਂ ਸਾਡਾ ਸਵੇਰੇ 8:10 ਵਾਲਾ ਬੁਲੇਟਨ ਰੇਡੀਓ ਪਾਕਿਸਤਾਨ ਦੇ ਫੇਸਬੁੱਕ ਪੇਜ ਰੇਡੀਓ ਪਾਕਿਸਤਾਨ ਪੰਜਾਬੀ ਉਤੇ ਬਰਾਹਰਾਸ ਵੇਖ ਤੇ ਸੁਣ ਸਕਦੇ ਹੋ